ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੰਤਰ ਮੰਤਰ ਉੱਪਰ ਓਲੰਪੀਅਨ ਭਲਵਾਨਾਂ ਦੇ 6 ਦਿਨਾਂ ਦੇ ਧਰਨੇ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ FIR ਦਰਜ ਕਰਨ ਦੀ ਗੱਲ ਕਹੀ ਹੈ। ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦਿੱਲੀ ਪੁਲਿਸ ਇਸ ਕੇਸ ਵਿੱਚ FIR ਦਰਜ ਕਰੇਗੀ। ਦੇਸ਼ ਦੀਆਂ ਨਾਮੀ ਖਿਡਾਰਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ FIR ਦਰਜ ਕਰਨ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਸੀ। FIR ਦਰਜ ਕਰਨ ਦੀ ਗੱਲ ਤੋਂ ਬਾਅਦ ਵੀ ਖਿਡਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੇਲ੍ਹ ਨਹੀਂ ਜਾਂਦੇ, ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਜੋ ਕਾਰਵਾਈ ਦਿੱਲੀ ਪੁਲਿਸ ਕਰੇਗੀ, ਜਿਤਨਾ ਦੇਖਤੇ ਹੈ ਕਿਆ ਕਰੇਂਗੇ ਔਰ ਕਿਆ ਨਹੀਂ ਕਰੇਂਗੇ, ਉਸ ਕੇ ਉਪਰ ਹੀ ਮਾਰਾ ਨੈਕਸਟ ਡਿਸੀਜਨ ਰਹੇਗਾ। ਲੇਕਿਨ ਹਮਾਰਾ ਅਭੀ ਵੀ ਯਹੀ ਫੈਸਲਾ ਹੈ ਕਿ ਉਨਕੋ ਜੇਲ੍ਹ ਮੇਂ ਡਾਲਾ ਜਾਏ। ਮੇਰਾ ਪ੍ਰਧਾਨ ਮੰਤਰੀ ਜੀ ਸੇ ਨੈਤਿਕਤਾ ਕੇ ਆਧਾਰ ਪਰ ਇੱਕ ਅਪੀਲ ਹੈ ਕਿ ਉਨਕੋ ਹਰ ਇੱਕ ਪਦ ਸੇ ਹਟਾਇਆ ਜਾਏ, ਜੋ ਵੋ ਸਾਂਸਦ ਹੈ ਚਾਹੇ ਵੋ ਰੈਸਲਿੰਗ ਫੈਡਰੇਸ਼ਨ ਕੋ ਸੰਭਾਲ ਰਹੇ ਹੈ, ਕਿਉਂਕਿ ਜਬ ਤੱਕ ਵੋ ਉਸ ਪਦ ਪਰ ਰਹੇਗੇ ਵੋ ਉਸ ਪਦ ਕਾ ਗਲਤ ਯੂਜ਼ ਕਰੇਂਗੇ, ਜਾਂਚ ਕੋ ਪ੍ਰਭਾਵਿਤ ਕਰੇਂਗੇ ਔਰ ਹਮ ਨਿਸ਼ਪਕਸ਼ ਜਾਂਚ ਚਾਹਤੇ ਹੈ। ਸੁਪਰੀਮ ਕੋਰਟ ਪਰ ਮੈਂ ਪੂਰਾ ਵਿਸ਼ਵਾਸ ਹੈ, ਦੇਸ਼ ਕੀ ਅਦਾਲਤ ਕੇ ਸਾਹਮਣੇ ਵੀ ਹਮਾਰੇ ਹੈ, ਪੂਰੇ ਦੇਸ਼ ਪੇ ਮੈਂ ਵਿਸ਼ਵਾਸ ਹੈ ਕਿ ਹਮਾਰੇ ਸਾਥ ਨਿਆਏ ਹੋਗਾ। ਆਪਕੇ ਸਾਥ ਮੇਂ FIR ਕੀ ਹੈ ਕਿ ਜੋ ਕ੍ਰਿਮੀਨਲ ਰਿਕਾਰਡ ਉਨਕੀ ਲਿਸਟ ਹੈ ਉਨਕੇ ਉੱਪਰ ਤਾਂ ਅਭੀ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ, FIR ਤੋਂ ਉਨਕੋ ਗੋਟ ਹੈ, ਜਬ ਤੱਕ ਵੋ ਜੇਲ੍ਹ ਮੇਂ ਨਹੀਂ ਜਾਤੇ ਤਬ ਤੱਕ ਧਰਨਾ ਜਾਰੀ ਰਹੇਗਾ। ਇਹ ਖਿਡਾਰੀ ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿੱਚ ਵੀ ਜੰਤਰ ਮੰਤਰ ਉੱਤੇ ਧਰਨੇ ਉੱਤੇ ਬੈਠੇ ਸਨ। ਕੁਝ ਦਿਨਾਂ ਦੇ ਧਰਨੇ ਨੂੰ ਖਤਮ ਕਰਵਾਉਣ ਲਈ ਉਦੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਖਿਡਾਰੀਆਂ ਨੂੰ ਜਾਂਚ ਤੇ ਕਾਰਵਾਈ ਦਾ ਭਰੋਸਾ ਦਵਾਇਆ ਸੀ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਜਾਂਚ ਹੋਣ ਤੱਕ ਅਹੁਦੇ ਤੋਂ ਹਟਣ ਦਾ ਹੁਕਮ ਦਿੱਤਾ ਸੀ। ਪਰ ਇਸ ਮਾਮਲੇ ਵਿੱਚ ਕਾਰਵਾਈ ਤੋਂ ਅਸੰਤੁਸ਼ਟ ਖਿਡਾਰੀ ਇੱਕ ਵਾਰ 23 ਅਪ੍ਰੈਲ ਨੂੰ ਮੁੜ ਧਰਨੇ ਉੱਤੇ ਆ ਕੇ ਬੈਠ ਗਏ। ਇਸ ਮੁੱਦੇ ਤੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਹੈ ਉਹ ਹਰ ਫੈਸਲੇ ਦਾ ਸਵਾਗਤ ਕਰਦੇ ਹਨ। ਮੈਂ ਨਿਆਂਪਾਲਿਕਾ ਕੇ ਨਿਰਣੇ ਸੇ ਖੁਸ਼ ਹੂੰ ਔਰ ਬੇਹਦ ਪ੍ਰਸੰਨ ਹੂੰ ਔਰ ਦਿੱਲੀ ਪੁਲਿਸ ਕੋ ਜਾਂਚ ਮਿਲੀ ਹੈ ਔਰ ਜਾਂਚ ਮੇਂ ਜਹਾਂ ਵੀ ਮੇਰੇ ਸਹਿਯੋਗ ਕੀ ਆਵਸ਼ਕਤਾ ਹੋਗੀ ਮੈਂ ਸਹਿਯੋਗ ਕਰਨੇ ਕੇ ਲੀਏ ਤਿਆਰ ਹੂੰ। ਮੈਂ ਹਰ ਨਿਰਣੇ ਕਾ ਸਵਾਗਤ ਕਰਤਾ ਹੂੰ, ਸਰਕਾਰ ਨੇ ਜੋ ਨਿਰਣੇ ਲਿਆ ਉਸਕਾ ਸਵਾਗਤ ਕੀਆ, IO ਨੇ ਜੋ ਜਾਂਚ ਕਮੇਟੀ ਬਣਾਈ ਉਸਕਾ ਸਵਾਗਤ ਕੀਆ, ਜੋ ਓਵਰਸਾਈਟ ਕਮੇਟੀ ਬਣੀ ਉਸਕਾ ਸਵਾਗਤ ਕੀਆ, ਅਬ ਮੈਂ ਇਸਕਾ ਵੀ ਸਵਾਗਤ ਕਰਤਾ ਹੂੰ ਕਿਉਂਕਿ ਮੁਝੇ ਆਪਣੇ ਉੱਪਰ ਭਰੋਸਾ ਹੈ, ਆਪਣੇ ਕਰਮ ਪਰ ਮੁਝੇ ਭਰੋਸਾ ਹੈ, ਮੈਨੇ ਕਿਸੀ ਕੇ ਸਾਥ ਕੋਈ ਗਲਤ ਨਹੀਂ ਕੀਆ ਹੈ ਔਰ ਮੁਝੇ ਇਨਸਾਫ਼ ਮਿਲੇਗਾ। ਖਿਡਾਰੀਆਂ ਦੇ ਸਮਰਥਨ ਵਿੱਚ ਜਿੱਥੇ ਵੱਡੀਆਂ ਵੱਡੀਆਂ ਹਸਤੀਆਂ ਤਾਂ ਬਿਆਨ ਦੇ ਰਹੀਆਂ ਹਨ, ਉੱਥੇ ਹੀ ਇੰਡੀਅਨ ਓਲੰਪਿਕ ਐਸੋਸੀਏਸ਼ਨ ਦੀ ਮੁਖੀ ਅਤੇ ਸਾਬਕਾ ਦੌੜਾਕ PT ਊਸ਼ਾ ਨੇ ਇੱਕ ਅਜਿਹਾ ਬਿਆਨ ਦਿੱਤਾ ਜਿਸ ਤੋਂ ਬਾਅਦ ਖਿਡਾਰੀ ਨਿਰਾਸ਼ ਨਜ਼ਰ ਆ ਰਹੇ ਹਨ। ਔਰ ਲੋਕ ਪਹਿਲੇ ਥੋੜਾ ਤੋਂ ਡਿਸਿਪਲਿਨ ਤੋਂ ਹੋਣਾ ਚਾਹੀਏ ਹਨਾ, ਤੋ ਦੇ ਸ਼ੁਡ ਕਮ ਟੂ ਅਸ ਅਰਲੀਅਰ, ਇਫ ਦੇ ਹੈਵ ਅ ਰੀਅਲ ਪ੍ਰੋਬਲਮ, ਇਨਸਟੈਡ ਆਫ ਕਮਿੰਗ ਟੂ ਅਸ ਦੇ ਹੈਵ ਗੋਨ ਸਟ੍ਰੇਟ ਅਵੇ ਟੂ ਸਟ੍ਰੀਟ ਨਾ, ਇਟ ਇਜ਼ ਨਾਟ ਗੁੱਡ ਫਾਰ ਦ ਸਪੋਰਟਸ। ਇਹ ਬਾਤ ਸੁਣ ਕੇ ਬਹੁਤ ਦੁੱਖ ਹੋਇਆ ਕਿਉਂਕਿ ਇੱਕ ਮਹਿਲਾ ਖਿਡਾਰੀ ਹੋ ਕੇ ਉਹ ਮਹਿਲਾ ਖਿਡਾਰੀਓ ਕੀ ਨਹੀਂ ਸੁਣ ਰਹੇ ਹੈ, ਹਮ ਬਚਪਨ ਸੇ ਉਨਕੋ ਫੋਲੋ ਕਰਤੇ ਆਏ ਹੈ, ਕਹੀਂ ਨਾ ਕਹੀਂ ਉਨਸੇ ਇੰਸਪਾਇਰਡ ਵੀ ਹੋਏ ਹੈ। ਅਗਰ ਸੜਕ ਪੇ ਬੈਠੇ ਹੈ ਤੋ ਹਮਾਰੀ ਕੁਛ ਮਜਬੂਰੀਆਂ ਹੀ ਰਹੀ ਹੋਂਗੀ, ਕਿਸੀ ਨੇ ਹਮਾਰੀ ਨਹੀਂ ਸੁਣੀ, ਚਾਹੇ ਸਪੋਰਟਸ ਮਿਨਿਸਟਰੀ ਹੈ ਚਾਹੇ IOA ਹੈ, ਕਿਸੀ ਨੇ ਜਬ ਨਹੀਂ ਸੁਣਾ ਤਬ ਹਮ ਦੇਸ਼ ਕੀ ਜਨਤਾ ਕੇ ਸਾਹਮਣੇ ਆਇਆ ਕਿ ਦੇਖੋ ਹਮਾਰੇ ਕੋ ਕੋਈ ਨਹੀਂ ਸੁਣ ਰਹਾ, ਹਮ ਇਤਨੇ ਮੈਡਲਸ ਲੈ ਕੇ ਆ ਰਹੇ ਹੈਂ। ਜਿੱਥੇ PT ਊਸ਼ਾ ਦੇ ਬਿਆਨ ਉੱਤੇ ਖਿਡਾਰੀਆਂ ਨੇ ਨਿਰਾਸ਼ਾ ਜਿਤਾਈ ਹੈ, ਉੱਥੇ ਹੀ ਕਈ ਨਾਮੀ ਹਸਤੀਆਂ ਨੇ ਖਿਡਾਰੀਆਂ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। ਓਲੰਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਟਵੀਟ ਵਿੱਚ ਲਿਖਿਆ, ਐਥਲੀਟ ਹੋਣ ਦੇ ਨਾਤੇ ਅਸੀਂ ਅੰਤਰਰਾਸ਼ਟਰੀ ਮੰਚ ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਹਰ ਰੋਜ਼ ਸਖ਼ਤ ਅਭਿਆਸ ਕਰਦੇ ਹਾਂ। ਇਹ ਬਹੁਤ ਚਿੰਤਾਜਨਕ ਹੈ ਕਿ ਭਾਰਤੀ ਕੁਸ਼ਤੀ ਪ੍ਰਸ਼ਾਸਨ ਤੇ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਸਾਡੇ ਐਥਲੀਟਾਂ ਨੂੰ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰਨ ਦੀ ਲੋੜ ਪਈ। ਜੋ ਵੀ ਪ੍ਰਭਾਵਿਤ ਹੋਏ ਹਨ ਉਨ੍ਹਾਂ ਨਾਲ ਮੇਰੀ ਹਮਦਰਦੀ ਹੈ। ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਸਹੀ ਢੰਗ ਨਾਲ ਨਜਿੱਠਿਆ ਜਾਵੇ।
ਐਥਲੀਟਾਂ ਨੂੰ ਸੁਣਿਆ ਜਾਵੇ ਅਤੇ ਨਿਰਪੱਖ ਤੇ ਸੁਤੰਤਰ ਤੌਰ ਤੇ ਹੱਲ ਕੀਤਾ ਜਾਵੇ। ਉਧਰ ਓਲੰਪੀਅਨ ਨੀਰਜ ਚੋਪੜਾ ਨੇ ਇੱਕ ਟਵੀਟ ਕਰਦਿਆਂ ਲਿਖਿਆ, ਆਪਣੇ ਐਥਲੀਟਾਂ ਨੂੰ ਨਿਆਂ ਲਈ ਸੜਕਾਂ ਤੇ ਬੈਠਾ ਦੇਖ ਮੈਨੂੰ ਦਰਦ ਹੁੰਦਾ ਹੈ। ਉਹ ਸਾਡੇ ਮਹਾਨ ਦੇਸ਼ ਦੀ ਅਗਵਾਈ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਸਖ਼ਤ ਮਿਹਨਤ ਕਰਦੇ ਹਨ। ਇੱਕ ਰਾਸ਼ਟਰ ਦੇ ਤੌਰ ਤੇ ਹਰੇਕ ਵਿਅਕਤੀ ਦੇ ਇਮਾਨ ਅਤੇ ਮਾਣ ਦੀ ਰੱਖਿਆ ਕਰਨਾ ਸਾਡਾ ਧਰਮ ਹੈ। ਜੋ ਵੀ ਹੋ ਰਿਹਾ ਉਹ ਕਦੇ ਨਹੀਂ ਹੋਣਾ ਚਾਹੀਦਾ ਸੀ। ਇਹ ਇੱਕ ਸੰਵੇਦਨਸ਼ੀਲ ਮੁੱਦਾ ਹੈ ਅਤੇ ਇਸ ਨੂੰ ਬੜੇ ਹੀ ਨਿਰਪੱਖ ਅਤੇ ਸਪਸ਼ਟ ਢੰਗ ਨਾਲ ਸੁਲਝਾਇਆ ਜਾਣਾ ਚਾਹੀਦਾ। ਸਾਬਕਾ ਕ੍ਰਿਕਟਰ ਕਪਿਲ ਦੇਵ ਨੇ ਖਿਡਾਰੀਆਂ ਦੀ ਤਸਵੀਰ ਨਾਲ ਲਿਖਿਆ, ਉਹਨਾਂ ਨੂੰ ਨਿਆਂ ਕਦੋਂ ਮਿਲੇਗਾ। ਸਾਨੀਆ ਮਿਰਜ਼ਾ ਨੇ ਵੀ ਇਸ ਮਾਮਲੇ ਉੱਤੇ ਟਵੀਟ ਕੀਤਾ। ਸਾਨੀਆ ਮਿਰਜ਼ਾ ਨੇ ਲਿਖਿਆ, ਇੱਕ ਐਥਲੀਟ ਦੇ ਨਾਤੇ, ਖਾਸ ਕਰਕੇ ਇੱਕ ਔਰਤ ਹੋਣ ਦੇ ਨਾਤੇ, ਇਹ ਸਭ ਦੇਖਣਾ ਬਹੁਤ ਔਖਾ। ਉਹਨਾਂ ਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਤੇ ਅਸੀਂ ਉਹਨਾਂ ਦੇ ਨਾਮ ਉੱਤੇ ਜਸ਼ਨ ਮਨਾਇਆ। ਜੇਕਰ ਉਸ ਵੇਲੇ ਅਸੀਂ ਉਹ ਕੀਤਾ ਤਾਂ ਹੁਣ ਵੇਲਾ ਆ ਗਿਆ ਇਸ ਮੁਸ਼ਕਿਲ ਘੜੀ ਵਿੱਚ ਵੀ ਉਹਨਾਂ ਦੇ ਨਾਲ ਖੜੇ ਹੋਣ ਦਾ। ਇੱਕ ਬਹੁਤ ਹੀ ਸੰਜੀਦਾ ਮਾਮਲਾ ਹੈ ਤੇ ਗੰਭੀਰ ਇਲਜ਼ਾਮ ਹਨ। ਮੈਂ ਉਮੀਦ ਕਰਦੀ ਹਾਂ ਕਿ ਸੱਚ ਨੂੰ ਨਿਆਂ ਮਿਲੇਗਾ। ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਮਾਮਲੇ ਉੱਤੇ ਟਵੀਟ ਕੀਤਾ। ਉਹਨਾਂ ਨੇ ਖਿਡਾਰਨੇ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਸੋਮਵਾਰ ਨੂੰ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ। ਇਸ ਤੋਂ ਇਲਾਵਾ ਉਹਨਾਂ ਨੇ ਟਵੀਟ ਵਿੱਚ ਲਿਖਿਆ, ਜਿਹੜਾ ਵੀ ਮੁਲਕ ਵਿੱਚ ਆਪਣੀਆਂ ਵਿਮੈਨ ਆਈਕਨਸ ਨੂੰ ਬੇਇੱਜ਼ਤ ਕਰਦਾ ਉਹ ਆਪਣੇ ਗੌਰਵ ਨੂੰ ਠੇਸ ਪਹੁੰਚਾਉਂਦਾ। ਇਹਨਾਂ ਕੁੜੀਆਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਕਾਨੂੰਨ ਨੂੰ ਅਜਿਹੀ ਮਿਸਾਲ ਪੇਸ਼ ਕਰਨੀ ਚਾਹੀਦੀ ਹੈ ਕਿ ਔਰਤਾਂ ਨੂੰ ਬੇਇੱਜ਼ਤ ਕਰਨ ਵਾਲਾ ਪਹਿਲਾਂ ਹੀ ਕੰਬ ਉੱਠੇ। ਇੱਕ ਚੰਗਾ ਉਦਾਹਰਣ ਸਭ ਤੋਂ ਚੰਗਾ ਉਪਦੇਸ਼ ਹੈ ਜੋ ਤੁਸੀਂ ਦੇ ਸਕਦੇ ਹੋ।